ਅੱਜ ਵੇਚ ਵੰਟ ਕੇ ਬੇਟੀ ਦਾ ਵਿਆਹ ਧਰਿਆ ਹੋਇਆ ਸੀ ਅਤੇ ਉਹਦੇ ਜੋ ਗਹਿਣੇ ਗੱਟੇ ਸਨ ਸਭ ਕੁਝ ਅਰਪਣ ਕਰਕੇ ਹੋਰਾਂ ਤੋਂ ਵੀ ਝੋਲੀ ਅੱਡ ਕੇ ਮੰਗਣੇ ਪਏ ਕਿਉਂਕਿ ਜਦੋਂ ਪੂਰੀਆਂ ਵਿਛਾ ਦਿੱਤੀਆਂ ਮੋਹਰਾਂ ਫਿਰ ਉਹ ਲਾਲਚ ਵਿੱਚ ਆ ਕੇ ਵਜੀਦੇ ਨੇ ਹੁਕਮ ਕੀਤਾ ਵੀ ਇੰਨੀਆਂ ਨਾਲ ਨਹੀਂ ਸਰਨਾ, ਇਹਨਾਂ ਨੂੰ ਖੜੀਆਂ ਕਰਕੇ ਪੂਰੀਆਂ ਕਰੋ ਜੇ ਤੁਸੀਂ ਸੰਸਕਾਰ ਕਰਨਾ ਚਾਹੁੰਦੇ ਹੋ। ਗੱਲ ਸਾਰਿਆਂ ਨੂੰ ਪਤਾ ਹੈ ਵੀ ਸੱਤ ਪੋਹ ਤੋਂ ਲੈ ਕੇ 13 ਪੋਹ ਤੱਕ ਅੱਜ ਦਾ ਦਿਨ 13 ਪੋਹ ਦਾ ਹੈ ਜੀ। ਇਹਨਾਂ ਦਿਨਾਂ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਸਭ ਕੁਝ ਸਾਡੇ ਤੋਂ ਲੁਟਾ ਦਿੰਦੇ ਨੇ ਅਤੇ ਅਸੀਂ ਉਹਨਾਂ ਪਿਆਰਿਆਂ ਦੀ ਯਾਦ ਵਿੱਚ ਪੂਰੇ ਸੰਸਾਰ ਦੇ ਵਿੱਚ ਜੁੜਦੇ ਹਾਂ। ਜਿੰਨਾ ਕੁ ਕਿਸੇ ਨੂੰ ਸ਼ਰਧਾ ਭਾਵਨਾ ਜਾਂ ਸੋਝੀ ਹੈ, ਹਰ ਇੱਕ ਜੀ ਯਤਨ ਕਰਦਾ ਹੈ ਵੀ ਅਸੀਂ ਉਹਨਾਂ ਪਿਆਰਿਆਂ ਦੇ ਬਣ ਕੇ ਉਹਨਾਂ ਦੇ ਚਾੜੇ ਹੋਏ ਸਾਡੇ ਸਿਰ ਦੇ ਉੱਤੇ ਕਰਜ਼ੇ ਨੂੰ ਅਸੀਂ ਕਿਵੇਂ ਨਾ ਕਿਵੇਂ ਲਾਹ ਸਕੀਏ, ਹਰੇਕ ਜੀਵ ਦਾ ਯਤਨ ਹੈ। ਪਰ ਸਾਧ ਸੰਗਤ ਜੀ ਬੱਚੀ ਨੇ, ਨੰਨੀ ਜੀ ਨੇ ਜਦੋਂ ਆਇਆ ਅਸੀਂ ਸ਼ਬਦ ਪੜ੍ਹਿਆ ਸੀ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਐਸੀ ਬਖਸ਼ਿਸ਼ ਕਰਕੇ ਗੁਰਦੇਵ ਜੀ ਨੇ ਖਾਲਸਾ ਸਾਜਿਆ ਸੀ ਵੀ ਮੇਰਾ ਨਿਵਾਸ ਗੁਰਸਿੱਖ ਦੇ ਅੰਦਰ ਹੋਏਗਾ ਦਸ਼ਮੇਸ਼ ਪਿਤਾ। ਇਹ ਹੁਕਮ ਕਰਕੇ ਸਾਨੂੰ ਸਾਜਨਾ ਕੀਤੀ ਹੈ ਕਿ ਅੱਜ ਆਪਾਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਬੈਠੇ ਆਪੋ ਆਪਣੇ ਅੰਦਰ ਝਾਤੀ ਮਾਰੀਏ ਵੀ ਉਹ ਦੀਵਾਨ ਟੋਡਰਮੱਲ ਜੀ ਦਾ ਤਾਂ ਜੋ ਉਸਨੇ ਸਾਡੇ 'ਤੇ ਉਪਕਾਰ ਕੀਤਾ ਹੈ, ਜਿੱਥੇ ਉਹਨਾਂ ਮਹਾਨ ਲਾਲਾਂ ਨੂੰ ਦੁਨੀਆ ਯਾਦ ਕਰਦੀ ਹੈ, ਦੀਵਾਨ ਟੋਡਰਮੱਲ ਜੀ ਮੋਤੀ ਮਹਿਰਾ ਜੀ ਨੂੰ ਸਾਰੇ ਅਸੀਂ ਨਤਮਸਤਕ ਹੁੰਦੇ ਹਾਂ, ਸਿਰ ਝੁਕਾਉਂਦੇ ਹਾਂ। ਉਹਨਾਂ ਦੀ ਯਾਦ ਵਿੱਚ ਵੀ ਹੁਣ ਨਾਲ ਦੀ ਨਾਲ ਅਖੰਡ ਪਾਠ ਸਾਹਿਬ ਸਾਡੇ ਉੱਤੇ ਨਗਰਾਂ 'ਚ ਪਿੰਡਾਂ 'ਚ ਚੱਲਦੇ ਨੇ ਅਤੇ ਸਾਨੂੰ ਪਤਾ ਵੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਸਰਹੰਦ ਦੀ ਦੀਵਾਰ ਜਿੱਥੇ ਚਿਣਿਆ ਗਿਆ ਨੀਹਾਂ ਦੇ ਵਿੱਚ, ਕੰਧਾਂ ਦੇ ਵਿੱਚ ਲਾਲਾਂ ਨੂੰ, ਉੱਥੋਂ ਅੱਜ ਉਸ ਬਿਲਕੁਲ ਇਨ ਬਿਨ ਸਮੇਂ 'ਤੇ ਜਦੋਂ ਸ਼ਹੀਦ ਹੁੰਦੇ ਨੇ ਅਤੇ ਉੱਥੋਂ ਉਹਨਾਂ ਨੂੰ ਪਿਆਰਿਆਂ ਨੂੰ ਲੈ ਕੇ ਜਾਇਆ ਜਾਂਦਾ ਹੈ ਜੋਤੀ ਸਰੂਪ ਵਾਲੀ ਜਗ੍ਹਾ 'ਤੇ ਜਿੱਥੇ ਮੋਹਰਾਂ ਵਿਛਾਉਂਦੇ ਹਨ ਟੋਡਰਮੱਲ ਜੀ, ਅਤੇ ਉਹ ਸਾਰਾ ਨਗਰ ਕੀਰਤਨ ਦਾ ਦ੍ਰਿਸ਼ ਅੱਜ ਤਕਰੀਬਨ 12 ਵਜੇ ਤੱਕ ਉਹ ਚੱਲਦਾ ਹੈ। ਆਪਣਾ 4-4.5 ਘੰਟੇ ਇੱਥੇ ਸਮਾਂ ਅੱਗੇ ਹੈ ਜੀ। ਇਸ ਸਮੇਂ ਉੱਥੇ ਪੂਰਾ ਜਾਹੋ ਜਲਾਲ, ਕਿੰਨਾ ਕੁ ਸੰਗਤਾਂ ਉਸ ਪਿਆਰ ਨੂੰ ਮੰਨਦੀਆਂ ਹਨ, ਉਹ ਸ਼ਹੀਦਾਂ ਦੀ ਯਾਦ ਨੂੰ ਪਿਆਰ ਕਰਦੀਆਂ ਹਨ, ਉਹ ਅੱਜ ਬੇਥਾ ਪਿਆਰ ਹੁੰਦਾ ਹੈ ਅਤੇ ਉੱਥੇ ਸ਼ਹੀਦੀਆਂ ਹੁੰਦੀਆਂ ਨੇ ਜਿੱਥੇ ਸਾਰੀ ਦੁਨੀਆ ਤੋਂ ਮਹਿੰਗੀ ਜਗ੍ਹਾ ਜੀ ਉਹ ਸਾਡੇ, ਹੋਰ ਕਿੰਨੇ ਮਰਜ਼ੀ ਅਸੀਂ ਅਮੀਰ ਹੋਈਏ ਉਸ ਤੋਂ ਅਮੀਰ ਕੋਈ ਜਗ੍ਹਾ ਨਹੀਂ, ਜਿਹੜੀ ਉਹ ਜਗ੍ਹਾ ਹੈ ਜੋਤੀ ਸਰੂਪ ਗੁਰਦੁਆਰਾ ਸਾਹਿਬ ਜਿੱਥੇ ਲਾਲਾਂ ਨੂੰ ਅਤੇ ਮਾਤਾ ਜੀ ਨੂੰ ਦਾਹ ਸੰਸਕਾਰ ਕੀਤਾ ਗਿਆ। ਬਸ ਹੁਣ ਆਪਾਂ ਇੱਥੇ ਕੁ ਪਹੁੰਚਣਾ ਹੈ ਜੀ ਵੀ ਅਸੀਂ ਸਾਰੇ ਆਹ ਗੁਰਸਿੱਖ ਛੋਟੇ ਛੋਟੇ ਨੰਨੇ ਨੰਨੇ ਬੱਚੇ ਵਿੱਚ ਅਜੇ ਬੱਚਿਆਂ ਦੇ ਕੇਸ ਵੀ ਨਹੀਂ ਰੱਖੇ ਹੋਏ, ਉਹ ਵੀ ਇੱਥੋਂ ਇਸ ਪਿਆਰ ਨੂੰ ਮਾਣ ਕੇ ਗਏ ਹਨ ਵੀ ਅੰਮ੍ਰਿਤ ਬਾਣੀ ਦਾ ਸ਼ਬਦ ਉਹ ਗਿਆਨ ਕਰਕੇ ਗਏ ਹਨ। ਇੱਕ ਦੋ ਬੱਚੇ ਮੈਂ ਹਰ ਰੋਜ਼ ਵੇਖਦਾ ਹਾਂ। ਹੁਣ ਅਸੀਂ ਵੇਖਣਾ ਹੈ ਵੀ ਅਸੀਂ ਸਾਹਮਣੇ ਵੇਖੋ ਜੀ, ਲਿਖਿਆ ਇਨ ਪੁੱਤਰ ਇਨ ਕੇ ਸੀਸ ਭਰ ਬਾਹਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇੰਨਾ ਕੁ ਪਿਆਰ ਗੁਰਦੇਵ ਨੇ ਸਾਨੂੰ ਦਿੱਤਾ ਵੀ ਮਾਤਾ ਜੀ ਪੁੱਛਦੇ ਨੇ ਵੀ ਜਦੋਂ ਦਮਦਮਾ ਸਾਹਿਬ ਦੀ ਧਰਤੀ 'ਤੇ ਗੁਰਦੇਵ ਜੀ ਪਹੁੰਚਦੇ ਨੇ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ, ਆਪਣਾ ਕਮਰ ਕਸਾ ਸਾਹਿਬੋ ਕੀ ਤਲਵੰਡੀ ਲਾਉਂਦੇ ਨੇ ਖੋਲ੍ਹ ਕੇ ਕਮਰ ਕਸਾ 'ਤੇ ਉੱਥੇ ਸਾਡੇ ਸਪੁਰਦ ਆ ਬਖਸ਼ਿਆ ਕਰਦੇ ਖਜ਼ਾਨਾ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੈ ਵੀ ਉਹ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ, ਖਾਵੇ ਖਰਚੇ ਰਲ ਮਿਲ ਭਾਈ ਟੁੱਟ ਨਾ ਆਵੇ ਬੰਦ ਹੋ ਜਾਈ, ਰਤਨ ਲਾਲ ਜਾ ਕਾ ਕਸ਼ੂ ਦਾ ਮੋਲ ਭਰੇ ਭੰਡਾਰ ਖੂਟ ਅਤੋਲ। ਇਹ ਮੁੱਕਦਾ ਵੀ ਜੀ ਏਡਾ ਵੱਡਾ ਖਜ਼ਾਨਾ ਹੈ। ਬੱਚੀ ਨੇ ਸ਼ਬਦ ਵੀ ਹੁਣਾ ਇੱਕ ਸ਼ਬਦ ਤੋਂ ਪਹਿਲਾਂ ਪੜ੍ਹਿਆ ਸੀ, ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਭਾਨ। ਅਸੀਂ ਗੁਰੂ ਕੀ ਸੰਗਤ ਨੂੰ ਮਾਣੀਏ ਤੇ ਸਾਨੂੰ ਗੁਰੂ ਸਾਹਿਬ ਜੀ ਦੇ ਹੀਰੇ ਰਤਨ ਸਾਡੇ ਅੰਦਰੋਂ ਲੱਭ ਜਾਂਦੇ।
अपना जीवन झाती मारो भी नीहां विच खड़े लाल ठंडे बुरज तीन दिन माता कि प्यार की निघ प्रेरना सच दी दिंदी है। ते असी मज्जां चारदे होए मोढे ते आ डांगर रख के सोटियां रख के पढ़ते होंगे सी दादे दे ओ सुनो पोते ओ लग दाग न धर्म नू जावे। ये असी उदो गाउंदे होंदे सी जदो लगे होंदे सी गुरु घरां दे विच स्पीकरां च गीत भी ਤੁਹਾਡੇ ਦਾਦਾ ਜੀ ਨੇ ਤਿਲਕ ਜੰਜੂ ਵਿਛਾਉਣ ਵਾਸਤੇ ਆਪਣਾ ਸੀਸ ਪ੍ਰਵਾਨ ਕੀਤਾ ਚਾਂਦਨੀ ਚੌਂਕ ਵਿੱਚ ਅਤੇ ਅੱਜ ਤੁਹਾਡੇ 'ਤੇ ਪਰਚਾ ਹੈ। ਤੁਸੀਂ ਬੇਖੌਫ ਹੋ ਕੇ ਦਾਦੇ ਦੇ ਉਸ ਅਗੰਮੀ ਮਹੱਲਾ ਵਿੱਚ ਪਹੁੰਚਣਾ ਜਿੱਥੇ ਤੁਹਾਡੀ ਦਾਦਾ ਉਡੀਕ ਕਰਦਾ ਹੈ। ਹੁਣ ਇਹ ਸਾਰੀ ਸੰਗਤ ਅੱਜ ਤੋਂ ਇੰਨਾ ਕੁ ਅਸੀਂ ਸੋਚੀਏ ਵੀ ਜੇ ਸ਼ਹੀਦਾਂ ਨੂੰ ਅਸੀਂ ਨਤਮਸਤਕ ਹੋ ਕੇ ਉਹਨਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ ਇੰਨਾ ਕੁ ਪਿਆਰ ਕਰੀਏ। ਸਭ ਤੋਂ ਪਹਿਲਾਂ ਇਹਨਾਂ ਨੰਨੇ ਨੰਨੇ ਬੱਚਿਆਂ ਨੂੰ ਅਤੇ ਬੱਚਿਆਂ ਨੂੰ ਬੇਨਤੀ ਮੈਂ ਕਰੂੰਗਾ ਜੀ ਵੀ ਅੱਜ ਤੋਂ ਬਾਅਦ ਕੋਈ ਕੇਸ ਕਤਲ ਨਾ ਕਰੇ ਬੱਚਾ। ਬੱਚੀਆਂ ਅਤੇ ਬੱਚਿਆਂ ਨੂੰ ਬੇਨਤੀ ਹੈ ਜੀ ਅੱਜ ਤੋਂ ਬਾਅਦ ਕੋਈ ਕੇਸ ਕਤਲ ਨਾ ਕਰੇ। ਜੇ ਅਸੀਂ ਉਹਨਾਂ ਵੀਰਾਂ ਦੇ ਭਰਾ ਬਣ ਕੇ ਜਿਉਣਾ ਚਾਹੁੰਦੇ ਹਾਂ ਭੈਣਾਂ ਬਣ ਕੇ ਜਿਉਣਾ ਚਾਹੁੰਦੇ ਹਾਂ ਜਿਹੜੀ ਸਾਹਮਣੇ ਪੰਕਤੀ ਲਿਖੀ ਹੈ ਇਨ ਪੁੱਤਰਨ ਕੇ ਸੀਸ ਭਰ ਵਾਰ ਦੀਏ ਸੁੱਤ ਚਾਰ ਬੋਲ ਬੋ ਜੀ ਇਨ ਪੁੱਤਰਨ ਕੇ ਸੀਸ ਭਰ ਵਾਰ ਦੀਏ ਸੁੱਤ ਚਾਰ ਸੁੱਤ ਚਾਰ। ਸਾਰਿਆਂ ਨੂੰ ਮਿੰਨਤ ਹੈ ਜੀ ਤਰਨਾ ਹੈ ਸੰਗਤ ਜੀ ਮੈਂ ਤਾਂ ਬਹੁਤ ਨੰਨਾ ਜਾ ਇੱਕ ਗੁਰੂ ਦੇ ਚਰਨਾਂ ਦਾ ਕੀੜਾ ਵੀ ਨਹੀਂ ਪਰ ਮੈਨੂੰ ਹੁਕਮ ਹੋਇਆ ਸੰਗਤ ਵੱਲੋਂ ਵੀ ਵੀਰ ਜੀ ਥੋੜ੍ਹਾ ਜਿਹਾ ਸਾਂਝ ਜ਼ਰੂਰ ਪਾਇਓ। ਬੱਚਿਆਂ ਨਾਲ ਬਹੁਤ ਪਿਆਰ ਕਰਦੀਆਂ ਨੇ ਬੱਚੀਆਂ ਮੈਂ ਵੇਖ ਰਿਹਾ ਕਿੰਨੇ ਦਿਨਾਂ ਤੋਂ ਮੇਰੀ ਗੱਲ 'ਚ ਚੌਥਾ ਦਿਨ ਹੈ ਅੱਜ ਲਗਾਤਾਰ ਲੱਗੇ ਹੋਏ ਨੇ ਬਹੁਤ ਪਿਆਰ ਮਾਣਦੇ ਹਨ। ਜੇ ਇਹਨਾਂ ਨੂੰ ਕਹਿ ਦਿੱਤਾ ਵੀ ਪੁੱਤਰ ਇੱਕ ਸ਼ਬਦ ਪੜ੍ਹਨਾ ਹੈ ਤਾਂ ਇੱਕ ਤੋਂ ਦੂਜਾ ਨਹੀਂ ਅਤੇ ਕਈ ਬੱਚੇ ਥੋੜ੍ਹਾ ਜਿਹਾ ਮਨ 'ਚ ਰੋਸ ਵੀ ਕਰਦੇ ਹਨ ਵੀ ਸਾਨੂੰ ਟਾਈਮ ਨਹੀਂ ਮਿਲਿਆ। ਪਿਆਰਿਓ ਜਦੋਂ ਤੁਹਾਡੇ ਇਹ ਸਾਲਾਨਾ ਸਮਾਗਮ ਉਲੀਕੇ ਜਾਂਦੇ ਨੇ ਤੁਸੀਂ ਸਾਰੇ ਸਮਝ ਲਿਆ ਕਰੋ ਵੀ ਸਾਡੀ ਤਾਂ ਹਾਜ਼ਰੀ ਪੱਕੀ ਲੱਗ ਜਾਣੀ ਹੈ ਸ਼ਹੀਦਾਂ ਦੇ ਚਰਨਾਂ 'ਚ ਬਾਬਾ ਜ਼ੋਰਾਵਰ ਫਤਿਹ ਸਿੰਘ ਦੇ। ਕਦੇ ਨਾ ਮਲਾਲ ਲੈ ਕੇ ਆਇਆ ਕਰੋ ਆਪਣੇ ਚਿਹਰੇ 'ਤੇ ਵੀ ਸਾਨੂੰ ਜਗ੍ਹਾ ਸਾਨੂੰ ਕੀਰਤਨ ਕਰਨ ਦਾ ਟਾਈਮ ਨਹੀਂ ਮਿਲਿਆ। ਜਦੋਂ ਆ ਗਏ ਹਾਂ ਬਾਬਾ ਜੀ ਲੈ ਆਏ ਸਾਨੂੰ ਇਹ ਜਗ੍ਹਾ 'ਤੇ ਤਾਂ ਸਾਰੇ ਬੱਚੇ ਬੱਚੀਆਂ ਸਮਝ ਲੈਣ ਵੀ ਸਾਡੀ ਤਾਂ ਹਾਜ਼ਰੀ ਗੁਰੂ ਨੇ ਪ੍ਰਵਾਨ ਕਰ ਲਈ ਹੈ। ਜਿੰਨਾ ਕੁ ਪ੍ਰਬੰਧਕਾਂ ਵੱਲੋਂ ਜ਼ੋਰ ਹੁੰਦਾ ਹੈ ਤਰਲਾ ਹੁੰਦਾ ਹੈ ਮਾਲਕ ਅੱਗੇ ਅਸੀਸ ਮੰਗਣ ਦਾ ਵੀ ਇਹਨਾਂ ਬੱਚੇ ਬੱਚੀਆਂ ਨੂੰ ਵਾਹਿਗੁਰੂ ਜੀ ਤਰਸ ਬਖਸ਼ੋ ਉਹ ਆਪਣੇ ਵੱਲੋਂ ਪੂਰਾ ਯਤਨ ਕਰਦੇ ਹਨ ਵੀ ਸਭ ਨੂੰ ਟਾਈਮ ਦਿੱਤਾ ਜਾਵੇ ਪਰ ਜੇ ਨਾ ਮਿਲੇ ਤਾਂ ਸਾਰੇ ਆਖਿਆ ਕਰੋ ਅਸੀਂ ਆਏ ਹਾਂ। ਜਦੋਂ ਕੀਰਤਨੀਆਂ ਕੋਈ ਵੀ ਇੱਕ ਬੱਚਾ ਬੱਚੀ ਕੀਰਤਨ ਕਰਦਾ ਹੈ ਤਾਂ ਅਸੀਂ ਸਾਰੇ ਨਾਲ ਕਰਕੇ ਇਹ ਮਹਿਸੂਸ ਕਰੀਏ ਵੀ ਗੁਰੂ ਜੀ ਸਾਡੀ ਹਾਜ਼ਰੀ ਕਬੂਲ ਕਰ ਲੈਣਾ। ਅਸੀਂ ਤੁਹਾਡੇ ਦਰ ਦੇ ਜਾਚਕ ਹਾਂ ਜਾਚਕ ਮੰਗੈ ਦਾਨ ਦੇ ਪਿਆਰਿਆ ਦੇਵਣ ਹਰ ਦਾ ਤਾਰ ਮੈਂ ਨਿਤ ਚਿਤਾਰਿਆ ਨਿਕੁੰਡ ਨਾ ਜਾਈ ਮੂਲ ਅਤੁੱਲ ਭੰਡਾਰਿਆ। ਇਹ ਭੰਡਾਰਾ ਅਤੁੱਲ ਹੈ ਮੁੱਕਣਾ ਨਹੀਂ ਹੈ ਬਸ ਇੰਨਾ ਕੁ ਪਿਆਰ ਮਾਣ ਲਈਏ ਜੀ ਨਹੀਂ ਤੇ ਸੱਚੇ ਪਾਤਸ਼ਾਹ ਦੀਆਂ ਆਪਾਂ ਖੁਸ਼ੀਆਂ ਤੋਂ ਜਿਹੜੀਆਂ ਬਖਸ਼ਾਂ ਖਾਲਸਾ ਮੇਰੋ ਰੂਪ ਹੈ ਖਾਸ ਜੋ ਉਹ ਖੁਸ਼ੀਆਂ ਲੈਣੀਆਂ ਹਨ ਉਹਨਾਂ ਤੋਂ ਆਪਾਂ ਵਾਂਝੇ ਰਹਿ ਜਾਵਾਂਗੇ। ਇੱਕ ਨੰਬਰ 'ਤੇ ਬੇਨਤੀ ਕੀਤੀ ਸੀ ਵੀ ਕੋਈ ਵੀ ਕੇਸ ਕਤਲ ਨਾ ਕਰਿਓ ਇਸ ਦਿਨ ਨੂੰ ਕਿਉਂਕਿ ਅੱਜ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਲਾਲਾ ਨੂੰ ਅਤੇ ਮਾਤਾ ਜੀ ਦੀ ਸ਼ਹੀਦੀ ਹੁੰਦੀ ਹੈ ਅਤੇ ਦਾਹ ਸੰਸਕਾਰ ਟੋਡਰ ਮੱਲ ਜੀ ਕਰਦੇ ਹਨ ਇਹ ਗੱਲ ਭੁੱਲਿਓ ਨਾ। ਅਤੇ ਜਿਹੜੇ ਵੀਰ ਬਜ਼ੁਰਗ ਭੈਣਾਂ ਜਿੰਨੇ ਵੀ ਹੋਰ ਸੰਗਤ ਆਏ ਹਾਂ ਇਹ ਵੀ ਪੱਕਾ ਵਾਅਦਾ ਕਰ ਲਈਏ ਵੀ ਬਾਬਾ ਜੀ ਪਤਾ ਨਹੀਂ ਜਾਂ ਰਹਿਣਾ ਨਹੀਂ ਹੈ ਤੇ ਜੱਗ ਤਾਂ ਕਾਇਤ ਗਾਰਬ ਹੰਢੀ ਹੈ ਕਦੇ ਵੀ ਮਾੜਾ ਨਾ ਸੋਚੀਏ ਤੇ ਬਿਲਕੁਲ ਵੀ ਮਨ ਦੇ ਵਿੱਚ ਕਿਸੇ ਗੱਲ ਦਾ ਮਾਣ ਨਾ ਹੋਵੇ ਵੀ ਮੈਂ ਅਜੇ ਜਵਾਨੀ ਵਿੱਚ ਹਾਂ ਮੈਂ ਅਜੇ ਸਿੱਖੀ ਧਾਰਨ ਨਹੀਂ ਕਰਨੀ ਮੈਂ ਅਜੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਥੋੜ੍ਹੀਆਂ ਜਿਹੀਆਂ ਨਿਭਾ ਲਵਾਂ ਫਿਰ ਮੈਂ ਸਿੱਖ ਬਣਨਾ ਇੱਦਾਂ ਨਾ ਕਰੀਏ। ਗੁਰੂ ਜੀ ਕਹਿੰਦੇ ਨੇ ਸਾਹਿਬ ਸੰਕਟ ਵੈ ਸੇਵਕ ਭੱਜੈ ਚਿਰੰਕਾਲ ਨਾ ਜੀਵੈ ਦੋ ਕੁੱਲ ਲੱਜੈ। ਹਾਜ਼ਰ ਹੋ ਜੀ
जे साहेब परमेश्वर आप प्राण पात परमेश्वर बच्चे ने शब्द पढ़िया सी वाह वाह गोबिंद।